ਜੇਕਰ ਇਨਸਾਨ ਆਪਣੀ ਗੈਸ ਨੂੰ ਜ਼ਿਆਦਾ ਟਾਈਮ ਤੱਕ ਰੋਕ ਲਵੇ ਤਾਂ ਕੀ ਹੋਵੇਗਾ? ਡੱਡੂ ਯਾਨੀ ਕਿ ਫਰੋਗ ਬਿਨਾਂ ਅੱਖ ਬੰਦ ਕੀਤੇ ਕੁਝ ਕਿਉਂ ਨਹੀਂ ਖਾ ਸਕਦੇ? ਸੂਅਰ ਚਿੱਕੜ ਦੇ ਵਿੱਚ ਕਿਉਂ ਲੜਦੇ ਨੇ? ਅਜਿਹੀ ਰੋਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋਗ ਟੀਵੀ। साल 2011 ਦੇ ਵਿੱਚ USA ਯਾਨੀ ਕਿ ਅਮਰੀਕਾ ਦੇ ਵਿੱਚ ਇੱਕ ਸਰਵੇ ਹੋਇਆ ਸੀ ਜਿਸ ਦੇ ਵਿੱਚ ਪਤਾ ਲੱਗਿਆ ਕਿ USA ਦੇ ਵਿੱਚ 50% ਬੈਂਕਾਂ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਦੇ ਵਿਚਕਾਰ ਹੀ ਲੁੱਟੀਆਂ ਜਾਂਦੀਆਂ ਨੇ। ਇਹ ਪਲਾਨ ਹੁੰਦਾ ਹੈ ਜਾਂ ਕੋ ਐਕਸੀਡੈਂਟ, ਇਹ ਤਾਂ ਚੋਰ ਹੀ ਜਾਣਦੇ ਹੋਣਗੇ, ਪਰ FBI ਦੱਸਦਾ ਹੈ ਕਿ ਚੋਰਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਹੁੰਦਾ ਕਿ ਬੈਂਕ ਸੈਟਰਡੇ ਯਾਨੀ ਕਿ ਸ਼ਨੀਵਾਰ ਨੂੰ ਵੀ ਖੁੱਲੇ ਹੁੰਦੇ ਨੇ। ਚੋਰ ਸ਼ਾਇਦ ਸ਼ੁੱਕਰਵਾਰ ਨੂੰ ਚੋਰੀ ਇਸ ਲਈ ਕਰਦੇ ਹੋਣਗੇ ਕਿ ਵੀਕਐਂਡ ਤੇ ਉਹ ਇਹਨਾਂ ਪੈਸਿਆਂ ਨੂੰ ਖਰਚ ਸਕਣ। ਜੇਕਰ ਤੁਹਾਡੇ ਮਾਂ ਬਾਪ ਵੀ ਤੁਹਾਡੀ ਲੇਜੀਨੈਸ ਯਾਨੀ ਕਿ ਸੁਸਤੀ ਤੋਂ ਪਰੇਸ਼ਾਨ ਨੇ ਤਾਂ ਇਹ ਫੈਕਟ ਤੁਹਾਡੇ ਲਈ ਹੈ। ਸਾਇੰਸ ਦੀ ਇੱਕ ਸਟੱਡੀ ਤੋਂ ਇਹ ਪਤਾ ਲੱਗਿਆ ਹੈ ਕਿ ਟੀਨੇਜਰ ਦੇ ਵਿੱਚ ਲੇਜੀਨੈਸ ਇੱਕ ਕਾਮਨ ਗੱਲ ਹੈ। ਅਸਲ ਦੇ ਵਿੱਚ ਟੀਨੇਜ ਦੇ ਵਿੱਚ ਸਾਡੇ ਦਿਮਾਗ ਦਾ ਉਹ ਹਿੱਸਾ ਜਿਹੜਾ ਕਿ ਖੁਆਇਸ਼ਾਂ ਦੇ ਲਈ ਰਿਸਪੋਨਸੀਬਲ ਹੁੰਦਾ ਹੈ, ਉਹ ਚੰਗੀ ਤਰ੍ਹਾਂ ਦੇ ਨਾਲ ਨਹੀਂ ਬਣਿਆ ਹੁੰਦਾ। ਇਸ ਲਈ ਅਸੀਂ ਟੀਨੇਜ ਦੇ ਵਿੱਚ ਕਿਸੇ ਵੀ ਕੰਮ ਨੂੰ ਪੂਰਾ ਕਰਨ ਦੀ ਥਾਂ ਉਸ ਦੇ ਵਿੱਚ ਇੰਟਰਸਟ ਹੀ ਨਹੀਂ ਲੈਂਦੇ। ਅਸਲ ਦੇ ਵਿੱਚ ਤੁਹਾਡੇ ਮਾਤਾ ਪਿਤਾ ਵੀ ਟੀਨੇਜ ਦੇ ਵਿੱਚ ਇਸ ਤਰ੍ਹਾਂ ਦੇ ਹੀ ਸਨ। ਰਿਸਰਚ ਦੇ ਵਿੱਚ ਇਹ ਗੱਲ ਪਾਈ ਗਈ ਹੈ ਕਿ 90% ਲੋਕ ਅਲਾਰਮ ਦੇ ਨਾਲ ਉੱਠਦੇ ਨੇ। 7 ਇਨਸਾਨਾਂ ਦੇ ਵਿੱਚੋਂ ਸਿਰਫ ਇੱਕ ਇਨਸਾਨ ਹੀ ਅਜਿਹਾ ਹੁੰਦਾ ਹੈ ਜਿਹੜਾ ਕਿ ਬਿਨਾਂ ਅਲਾਰਮ ਤੋਂ ਆਪਣੇ ਸ਼ਡਿਊਲ ਦੇ ਉੱਪਰ ਉੱਠ ਜਾਂਦਾ ਹੈ। ਜੇਕਰ ਤੁਸੀਂ ਆਪਣੇ ਘਰ ਨੂੰ ਵੇਚਣਾ ਚਾਹੁੰਦੇ ਹੋ ਤਾਂ ਜਲਦੀ ਹੀ ਇਸ ਦੇ ਉੱਪਰ ਯੈਲੋ ਪੇਂਟ ਕਰਵਾ ਦਿਓ, ਕਿਉਂਕਿ ਯੈਲੋ ਪੇਂਟ ਘਰ ਨੂੰ ਜਲਦੀ ਵੇਚਣ ਦੇ ਵਿੱਚ ਮਦਦ ਕਰਦਾ ਹੈ। ਇਸ ਦੇ ਪਿੱਛੇ ਸਾਇੰਸ ਕੀ ਹੈ ਇਸ ਦਾ ਤਾਂ ਪਤਾ ਨਹੀਂ, ਪਰ ਇਹ ਸੱਚ ਹੈ। ਕੀ ਤੁਹਾਨੂੰ ਪਤਾ ਹੈ ਕਿ ਬਾਂਦਰਾਂ ਦੇ ਸਿਰ ਦੇ ਵਾਲ ਵੀ ਝੜਦੇ ਨੇ ਤੇ ਉਹ ਵੀ ਗੰਜੇ ਹੁੰਦੇ ਨੇ? ਜੀਓਲੋਜਿਸਟ ਦੱਸਦੇ ਹਨ ਕਿ ਇੱਕ ਬਾਂਦਰ ਤੇ ਚਿੰਪੈਂਜੀ ਉਸੇ ਤਰ੍ਹਾਂ ਹੀ ਗੰਜੇ ਹੁੰਦੇ ਹਨ ਜਿਵੇਂ ਕਿ ਇੱਕ ਮੇਲ ਇਨਸਾਨ ਗੰਜਾ ਹੁੰਦਾ ਹੈ, ਤੇ ਫੀਮੇਲ ਬਾਂਦਰਾਂ ਦੇ ਵੀ ਫੀਮੇਲ ਇਨਸਾਨਾਂ ਦੀ ਤਰ੍ਹਾਂ ਵਾਲ ਝੜਦੇ ਨੇ। ਪਰਫਿਊਮ ਜਾਂ ਸੈਂਟ ਲਗਾਉਣਾ ਹਰ ਕਿਸੇ ਨੂੰ ਪਸੰਦ ਹੈ, ਪਰ ਇਹ ਫੈਕਟ ਜਾਣਨ ਤੋਂ ਬਾਅਦ ਤੁਸੀਂ ਸ਼ਾਇਦ ਪਰਫਿਊਮ ਲਗਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋਗੇ। ਅਸਲ ਦੇ ਵਿੱਚ ਜ਼ਿਆਦਾਤਰ ਪਰਫਿਊਮ ਨੂੰ ਪੈਗ ਦੀ ਬੋਮਿਡ ਯਾਨੀ ਕਿ ਸੂਰ ਦੀ ਉਲਟੀ ਤੋਂ ਬਣਾਇਆ ਜਾਂਦਾ ਹੈ। ਪੈਗ ਯਾਨੀ ਕਿ ਸੂਰ ਦੀ ਉਲਟੀ ਦੇ ਵਿੱਚ ਐਬਲ ਗਰੀਸ ਪਾਏ ਜਾਂਦੇ ਨੇ। ਇਸ ਦੀ ਬੋਮਿਡ ਨੂੰ ਥੋੜੇ ਦਿਨ ਰੱਖਣ ਤੋਂ ਬਾਅਦ ਇਸ ਦੀ ਸਮੈਲ ਕਾਫੀ ਜ਼ਿਆਦਾ ਸਵੀਟ ਯਾਨੀ ਕਿ ਵਧੀਆ ਹੋ ਜਾਂਦੀ ਹੈ, ਇਸ ਲਈ ਇਸ ਨੂੰ ਸੈਂਟ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਇਸ ਨੂੰ ਕਈ ਵਾਈਨ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਕੀ ਤੁਹਾਨੂੰ ਧੁੱਪ ਦੇ ਵਿੱਚ ਨਿਕਲਣ ਸਾਰ ਹੀ ਛਿੱਕ ਆਉਂਦੀ ਹੈ? ਜੇਕਰ ਅਜਿਹਾ ਹੈ ਤਾਂ ਤੁਹਾਨੂੰ ਇੱਕ ਬਿਮਾਰੀ ਹੈ। ਇਹ ਇੱਕ ਜੈਨੇਟਿਕ ਡਿਸਆਰਡਰ ਹੁੰਦਾ ਹੈ ਜਿਸ ਦੇ ਵਿੱਚ ਇਨਸਾਨ ਨੂੰ ਜੇਕਰ ਇੱਕਦਮ ਹਨੇਰੇ ਤੋਂ ਧੁੱਪ ਦੇ ਵਿੱਚ ਲਿਆਇਆ ਜਾਵੇ ਤਾਂ ਉਸਨੂੰ ਛਿੱਕ ਆ ਜਾਂਦੀ ਹੈ। ਇਸ ਦਾ ਰੀਜ਼ਨ ਅੱਜ ਤੱਕ ਸਾਇੰਸ ਦੇ ਕੋਲ ਨਹੀਂ ਹੈ, ਪਰ ਇਹ ਡਿਸਆਰਡਰ ਇੱਕ ਪਰਿਵਾਰ ਤੋਂ ਇੱਕ ਜਾਂ ਦੋ ਪੀੜ੍ਹੀਆਂ ਦੇ ਵਿੱਚ ਅੱਗੇ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਡੱਡੂ ਅੱਖ ਖੋਲ ਕੇ ਖਾਣਾ ਨਹੀਂ ਖਾ ਸਕਦੇ? ਜਿੱਥੇ ਬਾਕੀ ਜੀਵ ਆਪਣਾ ਖਾਣਾ ਖਾਣ ਦੇ ਲਈ ਦੰਦ ਅਤੇ ਜੀਭ ਨੂੰ ਵਰਤਦੇ ਨੇ, ਉੱਥੇ ਹੀ ਡੱਡੂ ਆਪਣਾ ਖਾਣਾ ਖਾਣ ਤੇ ਉਸ ਨੂੰ ਨਿਗਲਣ ਦੇ ਲਈ ਅੱਖਾਂ ਨੂੰ ਵਰਤਦੇ ਨੇ। ਡੱਡੂ ਦੇ ਕੋਲ ਆਪਣੇ ਸਕੈਲ ਯਾਨੀ ਕਿ ਖੋਪੜੀ ਦੇ ਆਕਾਰ ਤੋਂ ਵੱਡੀਆਂ ਅੱਖਾਂ ਹੁੰਦੀਆਂ ਨੇ। ਡੱਡੂ ਜਦੋਂ ਖਾਣਾ ਖਾਣ ਤੋਂ ਬਾਅਦ ਆਪਣੇ ਖਾਣੇ ਨੂੰ ਅੰਦਰ ਨਿਗਲਦੇ ਨੇ ਤਾਂ ਉਹ ਆਪਣੀਆਂ ਅੱਖਾਂ ਨੂੰ ਜਦੋਂ ਝਮਕਦੇ ਨੇ ਤਾਂ ਉਸ ਦੀਆਂ ਅੱਖਾਂ ਉਸ ਦੀ ਖੋਪੜੀ ਦੇ ਵਿੱਚ ਅੰਦਰ ਨੂੰ ਦਬ ਜਾਂਦੀਆਂ ਨੇ। ਇਸ ਦੇ ਨਾਲ ਡੱਡੂ ਦੇ ਮੂੰਹ ਦੇ ਉੱਪਰ ਦਬਾਅ ਬਣਦਾ ਹੈ ਤੇ ਉਸ ਦਾ ਖਾਣਾ ਅੰਦਰ ਨੂੰ ਨਿਗਲਿਆ ਜਾਂਦਾ ਹੈ। ਜੇਕਰ ਤੁਹਾਨੂੰ ਵੀ ਦਾੜੀ ਰੱਖਣਾ ਪਸੰਦ ਹੈ ਤਾਂ ਇਹ ਫੈਕਟ ਜਾਣ ਕੇ ਤੁਸੀਂ ਪ੍ਰਾਊਡ ਫੀਲ ਕਰੋਗੇ ਕਿ ਸਾਡੇ ਦਾੜੀ ਦੇ ਵਾਲ ਇੱਕ ਕਾਪਰ ਦੀ ਵਾਇਰ ਤੋਂ ਵੀ ਜ਼ਿਆਦਾ ਸਟਰੋਂਗ ਹੁੰਦੇ ਨੇ। ਇਨਸਾਨਾਂ ਨੂੰ ਬ੍ਰੈਡ ਨੂੰ ਸਲਾਈਸ ਕਰਨ ਯਾਨੀ ਕਿ ਉਸਦੇ ਟੁਕੜੇ ਕਰਨ ਨੂੰ 13 ਸਾਲ ਲੱਗੇ ਸਨ। 19ਵੀਂ ਸਦੀ ਦੀ ਸਟਾਰਟਿੰਗ ਦੇ ਵਿੱਚ ਜਦੋਂ ਬ੍ਰੈਡ ਨੂੰ ਬਣਾਇਆ ਜਾਂਦਾ ਸੀ ਤਾਂ ਉਸ ਨੂੰ ਸਲਾਈਸ ਨਹੀਂ ਕੀਤਾ ਜਾਂਦਾ ਸੀ। 1928 ਦੇ ਵਿੱਚ ਓਟੋ ਰੋਬੀਡਰ ਨੇ ਬ੍ਰੈਡ ਸਲਾਈਸਿੰਗ ਵਾਲੀ ਮਸ਼ੀਨ ਬਣਾਈ। ਇਹ ਮਸ਼ੀਨ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣ ਲੱਗੀ, ਪਰ ਇੱਥੇ ਬੇਕਰੀ ਵਾਲਿਆਂ ਦਾ ਇਹ ਮੰਨਣਾ ਸੀ ਕਿ ਜੇਕਰ ਬ੍ਰੈਡ ਨੂੰ ਸਲਾਈਸ ਕੀਤਾ ਜਾਵੇਗਾ ਤਾਂ ਇਹ ਜਲਦੀ ਬਾਸੀ ਯਾਨੀ ਕਿ ਬੇਹਾ ਹੋ ਜਾਵੇਗਾ। 1943 ਤੱਕ ਆਉਂਦੇ ਇਹ ਮਸ਼ੀਨ ਪੂਰੇ ਅਮਰੀਕਾ ਦੇ ਵਿੱਚ ਫੇਮਸ ਹੋ ਗਈ, ਪਰ ਵਰਲਡ ਵਾਰ 2 ਦੇ ਦੌਰਾਨ ਇਹ ਮਸ਼ੀਨ ਨੂੰ ਬੈਨ ਕਰ ਦਿੱਤਾ ਗਿਆ, ਕਿਉਂਕਿ ਇਸ ਮਸ਼ੀਨ ਨੂੰ ਬਣਾਉਣ ਦੇ ਲਈ ਜਿਹੜਾ ਮੈਟਲ ਵਰਤਿਆ ਜਾਂਦਾ ਸੀ ਵਰਲਡ ਵਾਰ ਦੇ ਦੌਰਾਨ ਉਸ ਦੀ ਕਮੀ ਹੋ ਗਈ ਸੀ, ਤੇ ਉਸ ਤੋਂ ਬਾਅਦ ਕੰਪਨੀਆਂ ਨੇ ਆਪਣੇ ਆਪ ਹੀ ਬ੍ਰੈਡ ਨੂੰ ਸਲਾਈਸ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ। ਕੀ ਇੱਕ ਮੱਛੀ ਇਨਸਾਨੀ ਖੂਨ ਦੇ ਨਾਲ ਭਰੇ ਹੋਏ ਇੱਕ ਟੈਂਕ ਦੇ ਵਿੱਚ ਜਿਉਂਦੀ ਰਹਿ ਸਕਦੀ ਹੈ? ਹਾਂਜੀ, ਅਜਿਹਾ ਬਿਲਕੁਲ ਹੋ ਸਕਦਾ ਹੈ, ਕਿਉਂਕਿ ਇਨਸਾਨੀ ਖੂਨ ਅਤੇ ਸਮੁੰਦਰ ਦੇ ਪਾਣੀ ਦੇ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ। ਜੇਕਰ ਇੱਕ ਮੱਛੀ ਨੂੰ ਅਜਿਹੇ ਟੈਂਕ ਦੇ ਵਿੱਚ ਛੱਡ ਦਿੱਤਾ ਜਾਵੇ ਜਿਸ ਦੇ ਵਿੱਚ ਇਨਸਾਨੀ ਖੂਨ ਹੈ ਤਾਂ ਉਸ ਮੱਛੀ ਨੂੰ ਕੁਝ ਵੀ ਨਹੀਂ ਹੋਵੇਗਾ, ਉਹ ਉਸੇ ਤਰ੍ਹਾਂ ਹੀ ਜਿਉਂਦੀ ਰਹੇਗੀ। ਮਿਰਰ ਇੱਕ ਅਜਿਹਾ ਸ਼ਬਦ ਹੈ ਜਿਸ ਦੇ ਵਿੱਚ 6 ਅੱਖਰ ਆਉਂਦੇ ਨੇ, ਇਹਨਾਂ 6 ਅੱਖਰਾਂ ਦੇ ਵਿੱਚੋਂ 3 ਵਾਰ ਆਰ ਆਉਂਦਾ ਹੈ। ਕੀ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਉਸਦੇ ਡਾਇਲੌਗ ਯਾਦ ਰਹਿੰਦੇ ਨੇ? ਜੇਕਰ ਨਹੀਂ ਯਾਦ ਰਹਿੰਦੇ ਤਾਂ ਤੁਸੀਂ ਸਿਰਫ ਇੰਨਾ ਹੀ ਕਹਿਣਾ ਕਿ ਲੈਟਸ ਗੋ ਆਊਟ ਆਫ ਹੇਅਰ। ਇਹ ਲਾਈਨ ਤੁਹਾਨੂੰ ਲਗਭਗ ਹਰ ਇੱਕ ਫਿਲਮ ਦੇ ਵਿੱਚ ਮਿਲ ਜਾਵੇਗੀ। 1938 ਤੋਂ ਲੈ ਕੇ 1974 ਤੱਕ ਅਮਰੀਕਾ ਦੇ ਵਿੱਚ ਲਗਭਗ 150 ਮੂਵੀਆਂ ਦੇ ਉੱਪਰ ਸਰਚ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ 84% ਫਿਲਮਾਂ ਦੇ ਵਿੱਚ ਘੱਟੋ ਘੱਟ ਇੱਕ ਵਾਰ ਇਸ ਲਾਈਨ ਨੂੰ ਜ਼ਰੂਰ ਵਰਤਿਆ ਗਿਆ ਹੈ ਤੇ 70% ਫਿਲਮਾਂ ਦੇ ਵਿੱਚ ਇਸ ਲਾਈਨ ਨੂੰ ਇੱਕ ਤੋਂ ਵੀ ਵੱਧ ਵਾਰ ਵਰਤਿਆ ਗਿਆ ਹੈ। ਤੁਸੀਂ ਕਈ ਵਾਰ ਬਲੂਨ ਯਾਨੀ ਕਿ ਗੁਬਾਰੇ ਨੂੰ ਜ਼ਰੂਰ ਫਲਾਇਆ ਹੋਵੇਗਾ। ਚਲੋ ਹੁਣ ਤੁਹਾਨੂੰ ਮਿਲਾਉਂਦੇ ਹਾਂ ਜੀ ਚਾਂਦ ਪਾਤਸ਼ਾਹ ਦੇ ਨਾਲ। ਇਹ ਆਪਣੇ ਮੂੰਹ ਦੇ ਨਾਲ ਨਹੀਂ ਬਲਕਿ ਆਪਣੇ ਕੰਨ ਦੇ ਨਾਲ ਬਲਬਲੇ ਯਾਨੀ ਕਿ ਬਲੂਨ ਨੂੰ ਫਲਾਉਂਦੇ ਨੇ। ਉਹਨਾਂ ਦੇ ਵਿੱਚ ਇਹ ਟੈਲੈਂਟ ਬਚਪਨ ਤੋਂ ਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ 3 ਮਿੰਟ ਦੇ ਵਿੱਚ 80 ਸੈਂਟੀਮੀਟਰ ਦੇ ਬਲੂਨ ਨੂੰ ਫਲਾ ਦਿੰਦੇ
ਜੇਕਰ ਤੁਸੀਂ ਰੱਬ ਤੋਂ ਕੁਝ ਮੰਗਣਾ ਹੋਵੇ ਤਾਂ ਤੁਸੀਂ ਕੀ ਮੰਗੋਗੇ? ਘਰ, ਗੱਡੀ, ਪੈਸਾ ਜਾਂ ਚੰਗਾ ਫਿਊਚਰ? ਪਰ ਅਮਰੀਕਾ ਦੇ ਜਿਹੜੇ ਧਾਰਮਿਕ ਲੋਕ ਨੇ ਉਹ ਰੱਬ ਤੋਂ ਇੱਕ ਚੰਗਾ ਪਾਰਕਿੰਗ ਸਪੌਟ ਮੰਗਦੇ ਨੇ, ਕਿਉਂਕਿ ਬਾਕੀ ਸਾਰਾ ਕੁਝ ਤਾਂ ਉਹਨਾਂ ਕੋਲ ਹੁੰਦਾ ਹੀ ਹੈ। ਇੱਕ ਸਰਵੇ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ 70% ਅਮਰੀਕੀ ਰੱਬ ਦੇ ਕੋਲੋਂ ਇੱਕ ਚੰਗਾ ਪਾਰਕਿੰਗ ਸਪੌਟ ਮੰਗਦੇ ਹਨ। ਸਾਊਦੀ ਅਰਬ ਅਰਬ ਦੇ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਹੈ, ਪਰ ਜੇਕਰ ਅਸੀਂ ਉੱਥੋਂ ਦੀ ਔਰਤਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਦੀ ਅਰਬ ਦੀਆਂ ਔਰਤਾਂ ਜਹਾਜ਼ ਤਾਂ ਚਲਾ ਸਕਦੀਆਂ ਨੇ ਪਰ ਕਾਰ ਨਹੀਂ ਚਲਾ ਸਕਦੀਆਂ। ਪਰ ਹੁਣ ਸੁਣਨ ਦੇ ਵਿੱਚ ਇਹ ਆਇਆ ਹੈ ਕਿ ਸਾਊਦੀ ਦੀ ਗੌਰਮੈਂਟ ਨੇ ਇਹ ਕਾਨੂੰਨ ਬਦਲ ਦਿੱਤਾ ਹੈ ਤੇ ਹੁਣ ਸਾਊਦੀ ਦੀਆਂ ਔਰਤਾਂ ਵੀ ਕਾਰ ਚਲਾਉਂਦੀਆਂ ਨੇ। ਬਲੂ ਵੇਲ ਇਸ ਧਰਤੀ ਦੇ ਉੱਪਰ ਰਹਿਣ ਵਾਲਾ ਸਭ ਤੋਂ ਵੱਡਾ ਪ੍ਰਾਣੀ ਹੈ। ਜੇਕਰ ਤੁਹਾਨੂੰ ਇਸ ਦੇ ਆਕਾਰ ਦਾ ਅੰਦਾਜ਼ਾ ਨਹੀਂ ਲੱਗ ਰਿਹਾ ਤਾਂ ਇਹ ਜਾਣ ਲਓ ਕਿ ਇੱਕ ਬਲੂ ਵੇਲ ਜਦੋਂ ਆਪਣਾ ਫਾਟ ਯਾਨੀ ਕਿ ਆਪਣੀ ਗੈਸ ਨੂੰ ਛੱਡਦੀ ਹੈ ਤਾਂ ਉਸ ਦੇ ਬੁਲਬਲੇ ਐਡੇ ਵੱਡੇ ਵੱਡੇ ਬਣਦੇ ਨੇ ਕਿ ਜਿਸ ਦੇ ਵਿੱਚ ਇੱਕ ਬਣਿਆ ਤਣਿਆ ਘੋੜਾ ਫਿੱਟ ਹੋ ਸਕਦਾ ਹੈ। ਜੇਕਰ ਅਸੀਂ ਕਿਸੇ ਦਾ ਚਿਹਰਾ ਯਾਦ ਰੱਖਦੇ ਹਾਂ ਤਾਂ ਅਸੀਂ ਉਸ ਨੂੰ ਦੇਖ ਕੇ ਪਹਿਚਾਣ ਲੈਂਦੇ ਹਾਂ ਤਾਂ ਇਹ ਸਾਰੀ ਚੀਜ਼ ਦਾ ਕ੍ਰੈਡਿਟ ਸਾਡੇ ਦਿਮਾਗ ਦੇ ਸੱਜੇ ਪਾਸੇ ਵਾਲੇ ਹਿੱਸੇ ਨੂੰ ਜਾਂਦਾ ਹੈ। ਸਾਡੀਆਂ ਅੱਖਾਂ ਦੇ ਨਿਊਰੋਨਸ ਕਿਸੇ ਦੇ ਫੇਸ ਦੇ ਫੀਚਰ ਨੂੰ ਸਾਡੇ ਦਿਮਾਗ ਦੇ ਸੱਜੇ ਹਿੱਸੇ ਦੇ ਵਿੱਚ ਭੇਜਦੇ ਨੇ ਤੇ ਸਾਡੇ ਦਿਮਾਗ ਦਾ ਇਹ ਸੱਜਾ ਹਿੱਸਾ ਇਹ ਚਿਹਰੇ ਦੀ ਜਾਣਕਾਰੀ ਨੂੰ ਆਪਣੇ ਅੰਦਰ ਸਟੋਰ ਕਰ ਲੈਂਦਾ ਹੈ ਤਾਂ ਕਿ ਜਦੋਂ ਅਗਲੀ ਵਾਰ ਤੁਸੀਂ ਉਹ ਚਿਹਰੇ ਨੂੰ ਦੁਬਾਰੇ ਦੇਖੋ ਤਾਂ ਤੁਸੀਂ ਪਹਿਚਾਣ ਲਵੋ। ਜੇਕਰ ਕਿਸੇ ਦੇ ਦਿਮਾਗ ਦੇ ਸੱਜੇ ਹਿੱਸੇ ਦੇ ਵਿੱਚ ਸੱਟ ਲੱਗ ਜਾਂਦੀ ਹੈ ਤਾਂ ਉਸ ਦਾ ਇਹ ਹਿੱਸਾ ਡੈਮੇਜ ਹੋ ਜਾਂਦਾ ਹੈ। ਇਸ ਬਿਮਾਰੀ ਨੂੰ ਪ੍ਰੋਸੋਪ੍ਰੀਗਨੇਸੀਆ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਇਨਸਾਨ ਕਿਸੇ ਦੇ ਵੀ ਚਿਹਰੇ ਨੂੰ ਪਹਿਚਾਣ ਹੀ ਨਹੀਂ ਪਾਉਂਦਾ। ਮਾਈਕਲ ਜੈਕਸਨ ਪੌਪ ਮਿਊਜ਼ਿਕ ਦੇ ਬੇਤਾਜ ਬਾਦਸ਼ਾਹ ਸਨ। ਜੇਕਰ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਦਾ ਪਹਿਲਾ ਬੇਟਾ ਇੱਕ ਬਾਂਦਰ ਸੀ ਤਾਂ ਕੀ ਤੁਸੀਂ ਇਸ ਦੇ ਉੱਪਰ ਯਕੀਨ ਕਰੋਗੇ? ਇਹ ਸੱਚ ਹੈ ਕਿਉਂਕਿ ਮਾਈਕਲ ਜੈਕਸਨ ਦੇ ਕੋਲ ਇੱਕ ਚਿੰਪੈਂਜੀ ਸੀ ਜਿਸ ਦਾ ਨਾਮ ਬਬਲ ਸੀ, ਜਿਹੜਾ ਕਿ ਹੋਰ ਇਨਸਾਨਾਂ ਦੇ ਲਈ ਤਾਂ ਇੱਕ ਕਾਮਨ ਚਿੰਪੈਂਜੀ ਸੀ ਪਰ ਮਾਈਕਲ ਜੈਕਸਨ ਦੇ ਲਈ ਇਹ ਉਹਨਾਂ ਦਾ ਬੇਟਾ ਸੀ। ਬਬਲ ਤਕਰੀਬਨ ਮਾਈਕਲ ਜੈਕਸਨ ਦੀ ਹਰ ਇੰਟਰਵਿਊ ਤੇ ਉਸਦੇ ਸ਼ੋਅ ਦੇ ਉੱਪਰ ਨਾਲ ਜਾਂਦਾ ਸੀ। ਇੰਨਾ ਹੀ ਨਹੀਂ, ਬਬਲ ਨੇ ਇੱਕ ਵਾਰ ਜਪਾਨ ਦੇ ਵਿੱਚ ਉੱਥੋਂ ਦੇ ਬੇਅਰ ਦੇ ਨਾਲ ਬਹਿ ਕੇ ਚਾਹ ਵੀ ਪੀਤੀ ਸੀ। ਹਾਲਾਂਕਿ ਮਾਈਕਲ ਜੈਕਸਨ ਦੇ 4 ਬੱਚੇ ਸਨ ਪਰ ਆਪਣੀ ਉਹਨਾਂ ਨੇ ਕੁਝ ਪ੍ਰਾਪਰਟੀ ਬਬਲ ਦੇ ਨਾਂ ਵੀ ਕੀਤੀ ਸੀ। ਕੀ ਤੁਹਾਨੂੰ ਪਤਾ ਹੈ ਪੈਗ ਯਾਨੀ ਕਿ ਸੂਰ ਚਿੱਕੜ ਦੇ ਵਿੱਚ ਕਿਉਂ ਪਏ ਰਹਿੰਦੇ ਨੇ? ਇਸ ਦਾ ਕਾਰਨ ਇਹ ਹੈ ਕਿ ਸੂਰ ਨੂੰ ਕਦੇ ਪਸੀਨਾ ਨਹੀਂ ਆਉਂਦਾ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਸਾਡੀ ਇੰਟਰਨਲ ਯਾਨੀ ਕਿ ਅੰਦਰਲੇ ਸਰੀਰ ਦਾ ਟੈਂਪਰੇਚਰ ਜ਼ਿਆਦਾ ਹੋ ਜਾਂਦਾ ਹੈ ਤਾਂ ਸਾਡੀ ਬਾਡੀ ਦੇ ਵਿੱਚ ਮੌਜੂਦ ਸਵੈਟ ਗਲੈਂਡ ਸਾਡੀ ਬਾਡੀ ਦੇ ਵਿੱਚੋਂ ਹੀਟ ਨੂੰ ਬਾਹਰ ਕੱਢਣ ਦੇ ਲਈ ਪਸੀਨੇ ਨੂੰ ਕੱਢਦੇ ਹਨ। ਇਹ ਪਸੀਨਾ ਕੱਢਣ ਵਾਲੇ ਸਵੈਟ ਗਲੈਂਡ ਸੂਰ ਦੇ ਵਿੱਚ ਨਹੀਂ ਹੁੰਦੇ ਤੇ ਤਾਂ ਹੀ ਸੂਰ ਆਪਣੀ ਬਾਡੀ ਦਾ ਟੈਂਪਰੇਚਰ ਸੈੱਟ ਕਰਨ ਦੇ ਲਈ ਚਿੱਕੜ ਦੇ ਵਿੱਚ ਲੈਟ ਜਾਂਦੇ ਨੇ। ਤੁਸੀਂ ਐਵਾਕਾਡੋ ਨੂੰ ਤਾਂ ਜ਼ਰੂਰ ਕਦੇ ਨਾ ਕਦੇ ਦੇਖਿਆ ਹੋਵੇਗਾ। ਇਸ ਦੇ ਬਾਰੇ ਇੱਕ ਕਮਾਲ ਦਾ ਫੈਕਟ ਇਹ ਵੀ ਹੈ ਕਿ ਐਵਾਕਾਡੋ ਹਰ ਇੱਕ ਐਨੀਮਲ ਦੇ ਲਈ ਹਾਨੀਕਾਰਕ ਹੁੰਦਾ ਹੈ ਸਿਰਫ ਇਨਸਾਨਾਂ ਨੂੰ ਛੱਡ ਕੇ। ਤੁਹਾਨੂੰ ਫੇਸਬੁੱਕ ਦੇ ਫਾਊਂਡਰ ਮਾਰਕ ਜ਼ਕਰਬਰਗ ਬਾਰੇ ਤਾਂ ਪਤਾ ਹੀ ਹੋਵੇਗਾ। ਉਹਨਾਂ ਦੇ ਬਾਰੇ ਇੱਕ ਫੈਕਟ ਇਹ ਵੀ ਹੈ ਕਿ ਮਾਰਕ ਜ਼ਕਰਬਰਗ ਹਰ ਸੈਕਿੰਡ ਦੇ ਵਿੱਚ $2,000 ਕਮਾਉਂਦੇ ਨੇ। ਜੇਕਰ ਦੇਖਿਆ ਜਾਵੇ ਤਾਂ ਉਹ ਹਰ ਰੋਜ਼ 1000 ਜੀ ਵੈਗਨ ਲੈ ਸਕਦੇ ਨੇ। ਕੀ ਤੁਹਾਨੂੰ ਮੈਗੀ ਦਾ ਇਫੈਕਟ ਪਤਾ ਹੈ ਕਿ ਮੈਗੀ ਕੋਕੀਨ ਦੇ ਨਾਲੋਂ ਵੀ ਜ਼ਿਆਦਾ ਅਡਿਕਟਿਵ ਹੁੰਦੀ ਹੈ? ਗਮਨਮ ਸਟਾਈਲ ਇਹ ਉਹ ਗਾਣਾ ਸੀ ਜਿਹੜਾ ਕਿ ਯੂਟਿਊਬ ਦੇ ਉੱਪਰ ਇੰਨਾ ਜ਼ਿਆਦਾ ਪਾਪੂਲਰ ਹੋ ਗਿਆ ਸੀ ਕਿ ਇਸ ਨੇ ਯੂਟਿਊਬ ਦੇ ਵਿਊ ਕਾਊਂਟਰ ਨੂੰ ਹੀ ਤੋੜ ਦਿੱਤਾ ਸੀ। ਇਸ ਲਈ ਯੂਟਿਊਬ ਨੂੰ ਗਮਨਮ ਗਾਣੇ ਦੇ ਵਿਊ ਕਾਊਂਟਰ ਨੂੰ ਅਲੱਗ ਤੋਂ ਅਪਡੇਟ ਕਰਨਾ ਪਿਆ। ਤੁਸੀਂ ਇਹ ਜਿਹੜੇ ਦਾਗ ਯਾਨੀ ਕਿ ਸਪੌਟ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਨੂੰ ਕੈਫੀ ਓਲਟ ਸਪੌਟਸ ਕਿਹਾ ਜਾਂਦਾ ਹੈ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕੌਫੀ ਕਲਰ ਦੇ ਹੁੰਦੇ ਨੇ। ਇਹ ਬਾਡੀ ਦੇ ਕਿਸੇ ਵੀ ਹਿੱਸੇ ਦੇ ਤੇ ਕਿਸੇ ਵੀ ਸ਼ੇਪ ਦੇ ਵਿੱਚ ਪਾਏ ਜਾ ਸਕਦੇ ਨੇ। ਇਹ ਸਪੌਟਸ ਬਾਏ ਬਰਥ ਹੁੰਦੇ ਨੇ। ਸਾਨੂੰ ਬਚਪਨ ਤੋਂ ਹੀ ਇਹ ਚੀਜ਼ ਸਿਖਾਈ ਜਾਂਦੀ ਹੈ ਕਿ ਇਨਸਾਨੀ ਗੈਸ ਯਾਨੀ ਕਿ ਫਾਟ ਇੱਕ ਬੈਡ ਹੈਬਿਟ ਹੈ ਤੇ ਅਸੀਂ ਬਚਪਨ ਤੋਂ ਹੀ ਇਹ ਚੀਜ਼ ਦੇਖਦੇ ਹਾਂ ਕਿ ਜਦੋਂ ਕਿ ਇਨਸਾਨ ਗੈਸ ਛੱਡਦਾ ਹੈ ਤਾਂ ਉਹ ਆਪਣੇ ਆਪ ਨੂੰ ਇਸ ਦੇ ਉੱਪਰ ਸ਼ਰਮ ਮਹਿਸੂਸ ਕਰਦਾ ਹੈ। ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਡੇ ਸਰੀਰ ਦੀ ਇੱਕ ਪਾਚਨ ਕਿਰਿਆ ਹੀ ਹੈ। ਇੱਕ ਸਿਹਤਮੰਦ ਇਨਸਾਨ ਇੱਕ ਦਿਨ ਦੇ ਵਿੱਚ 12-25 ਵਾਰ ਆਪਣੀ ਅੰਦਰੂਨੀ ਗੈਸ ਨੂੰ ਛੱਡਦਾ ਹੈ। ਇਨਸਾਨ ਇੱਕ ਦਿਨ ਦੇ ਵਿੱਚ 1.2 ਮੀਟਰ ਗੈਸ ਨੂੰ ਬਾਹਰ ਕੱਢਦਾ ਹੈ। ਇੰਨੀ ਗੈਸ ਕਾਫੀ ਹੁੰਦੀ ਹੈ 2-3 ਕੋਲਡ ਡਰਿੰਕ ਦੀਆਂ ਬੋਤਲਾਂ ਨੂੰ ਭਰਨ ਲਈ। ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਜੇਕਰ ਕੋਈ ਇਨਸਾਨ ਆਪਣੀ ਗੈਸ ਨੂੰ ਜ਼ਿਆਦਾ ਦੇਰ ਤੱਕ ਰੋਕੀ ਰੱਖੇ ਤਾਂ ਕੀ ਹੋਵੇਗਾ? ਅਸਲ ਦੇ ਵਿੱਚ ਜੋ ਗੈਸ ਹੈ ਇੰਟਰਸਟਾਈਨ ਦੇ ਡਾਈਜੈਸ਼ਨ ਦੇ ਦੌਰਾਨ ਬਣਦੀ ਹੈ। ਜੇਕਰ ਕੋਈ ਇਨਸਾਨ ਆਪਣੀ ਗੈਸ ਨੂੰ ਜ਼ਿਆਦਾ ਸਮੇਂ ਤੱਕ ਰੋਕੀ ਰੱਖੇਗਾ ਤਾਂ ਇਹ ਉਸਦੇ ਮੂੰਹ ਰਾਹੀਂ ਬਾਹਰ ਆ ਜਾਵੇਗੀ। ਜੇਕਰ ਮੂੰਹ ਰਾਹੀਂ ਵੀ ਗੈਸ ਬਾਹਰ ਨਹੀਂ ਨਿਕਲਦੀ ਤਾਂ ਸਾਡੇ ਇੰਟਰਸਟਾਈਨ ਦੇ ਅੰਦਰ ਇਹ ਬਬਲ ਜਾਣ ਕੇ ਬੁਲਬਲਿਆਂ ਨੂੰ ਬਣਾ ਦਿੰਦੀ ਹੈ, ਜਿਸ ਦੇ ਨਾਲ ਸਾਡੇ ਢਿੱਡ ਦੇ ਵਿੱਚ ਬਹੁਤ ਜ਼ਬਰਦਸਤ ਦਰਦ ਹੋਵੇਗਾ ਤੇ ਇਸ ਦੇ ਨਾਲ ਸਾਨੂੰ ਡਾਇਰੀਆ ਵੀ ਹੋ ਸਕਦਾ ਹੈ। ਕੁਝ ਕੇਸ ਤਾਂ ਅਜਿਹੇ ਵੀ ਹੋਏ ਨੇ ਜਿਸ ਦੇ ਵਿੱਚ ਲੋਕਾਂ ਦਾ ਇੰਟਰਸਟਾਈਨ ਹੀ ਫਟ ਗਿਆ ਸੀ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇੱਥੇ ਸਾਡੀ ਤਾਂ ਇਹੀ ਸਲਾਹ ਹੈ ਕਿ ਕਦੇ ਵੀ ਆਪਣੀ ਗੈਸ ਨੂੰ ਨਾ ਰੋਕੋ, ਇਸ ਦੇ ਨਾਲ ਤੁਹਾਡਾ ਹੀ ਨੁਕਸਾਨ ਹੋਵੇਗਾ। ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੋਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਦੇ ਚੈਨਲ ਜੋ ਟੀਵੀ ਨੂੰ ਫੋਲੋ ਕਰਨਾ। ਧੰਨਵਾਦ।